ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ਪੀ ਐੱਸ ਐੱਟ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਜੀ, ਜਿਸ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਜਿਹੜਾ ਟੈਸਟ ਹੁੰਦਾ ਉਸਦੀ ਪ੍ਰੈਪਰੇਸ਼ਨ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕਿਸੇ ਵੀ ਇਗਜ਼ਾਮ ਦੀ, ਪੰਜਾਬ ਲੈਵਲ ਦੀ ਜਾਂ ਇੰਡੀਆ ਲੈਵਲ ਦੇ ਕਿਸੇ ਵੀ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਤਾਂ ਉਸਦੇ ਲਈ ਤੁਹਾਨੂੰ ਹਿਸਟਰੀ, ਸਿਕਸ, ਜੋਗਰਫੀ ਦੇ ਜਿਹੜੇ ਨੋਟਸ ਨੇ ਉਹ ਵੀ ਮਿਲ ਜਾਣਗੇ। ਕਾਫੀ ਜ਼ਿਆਦਾ ਅਪਲੋਡ ਨੇ ਜੋ ਕਿ ਹੈਲਪਫੁੱਲ ਨੇ ਕਿਸੇ ਵੀ ਇਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ। ਸੋ ਇਗਜ਼ਾਮ ਪ੍ਰੈਪਰੇਸ਼ਨ ਦੇ ਨਾਲ ਕੋਈ ਵੀ ਇੰਪੋਰਟੈਂਟ ਨਿਊਜ਼ ਹੋਰ ਹੁੰਦੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਅੱਜ ਦੀ ਜਿਹੜੀ ਨਿਊਜ਼ ਹੈ ਉਹ ਰਿਲੇਟਡ ਹੈ ਜੀ ਭਾਰਤੀ ਫੌਜ ਦੀ ਭਰਤੀ ਦੇ ਨਾਲ, ਕਿ ਹੁਣ ਜਿਹੜੀ ਹੈ ਆਨਲਾਈਨ ਰਜਿਸਟ੍ਰੇਸ਼ਨ ਦੇ ਰਾਹੀਂ ਭਰਤੀ ਹੋਇਆ ਕਰੇਗੀ, ਭਰਤੀ ਦੇ ਵਿੱਚ ਅਸੀਂ ਹਿੱਸਾ ਜਿਹੜਾ ਲੈ ਸਕਿਆ ਕਰਾਂਗੇ, ਔਰ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਭਰਤੀ ਹੈ ਜੀ ਉਹ ਪੂਰਾ ਆਪਾਂ ਜਦੋਂ ਨਿਊਜ਼ ਪੜ੍ਹਾਂਗੇ ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਜੀ। ਸਟਾਰਟ ਕਰਦੇ ਹਾਂ ਅੱਜ ਦੀ ਜਿਹੜੀ ਆਪਣੀ ਨਿਊਜ਼ ਹੈ। ਭਾਰਤੀ ਫੌਜ ਵੱਲੋਂ ਜਿਹੜੇ ਹੈ ਫੌਜ ਦੀ ਭਰਤੀ ਨੂੰ ਹੋਰ ਸੁਖਾਲਾ ਕਰ ਲਈ ਹੁਣ ਉਮੀਦਵਾਰਾਂ ਨੂੰ ਜਿਹੜੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਵੱਡੀ ਸਹੂਲਤ ਦਿੱਤੀ ਗਈ। ਸੋ ਪਹਿਲਾਂ ਜਿਹੜੇ ਟੋਕਨ ਮਿਲਦੇ ਹੁੰਦੇ ਸੀ ਜੀ, ਪਰ ਹੁਣ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਆਪਾਂ ਨੂੰ ਕਰਾਉਣੀ ਪਿਆ ਕਰੂਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡਾਇਰੈਕਟਰ ਭਰਤੀ ਜਨਰਲ ਸੌਰਵ ਪਾਂਡੇ ਨੇ ਦੱਸਿਆ ਕਿ ਭਾਰਤੀ ਫੌਜ 'ਚ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਭਾਰਤੀ ਫੌਜ ਦੀ ਵੈਬਸਾਈਟ www.joiningindianarmynic.in ਅਤੇ ਆਨਲਾਈਨ ਰਜਿਸਟ੍ਰੇਸ਼ਨ 28 ਜੂਨ ਤੋਂ ਕਰ ਸਕਦੇ ਹਨ, ਔਰ ਇਹ ਰਜਿਸਟ੍ਰੇਸ਼ਨ 11 ਅਗਸਤ ਤੱਕ ਜਿਹੜੀ ਕੀਤੀ ਜਾ ਸਕਦੀ ਹੈ। ਔਰ ਇਸ ਦੇ ਵਿੱਚ ਜਿਹੜੇ ਜ਼ਿਲ੍ਹੇ ਹਿੱਸਾ ਲੈ ਸਕਦੇ ਨੇ ਉਹ ਹੈ ਜੀ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਉਮੀਦਵਾਰਾਂ ਦੀ ਭਰਤੀ 27 ਅਗਸਤ ਤੋਂ 8 ਸਤੰਬਰ ਤੱਕ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ। ਡਾਇਰੈਕਟਰ ਭਰਤੀ ਜਨਰਲ ਸੌਰਵ ਪਾਂਡੇ ਨੇ ਦੱਸਿਆ ਕਿ ਭਰਤੀ ਰੈਲੀ ਵਿੱਚ ਉਹੀ ਉਮੀਦਵਾਰ ਹਿੱਸਾ ਲੈ ਸਕਣਗੇ ਜਿਹੜੇ ਉਮੀਦਵਾਰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਗੇ। ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਆਨਲਾਈਨ ਵਿਧੀ ਨਾਲ ਹੀ ਸੰਬੰਧਿਤ ਪ੍ਰਾਰਥਨਾ ਪੱਤਰ ਹੁਣ ਸਾਰੀਆਂ ਜਾਤੀਆਂ ਦੀਆਂ ਭਰਤੀਆਂ ਲਈ www.joiningindianarmynic.in ਤੇ ਭੇਜੇ ਜਾ ਸਕਣ। ਇਸ ਵੈਬਸਾਈਟ ਦੇ ਰਾਹੀਂ ਤੁਸੀਂ ਆਨਲਾਈਨ ਅਪਲਾਈ ਕਰਨਾ ਜੀ www.joiningindianarmynic.in ਤੇ। ਉਹਨਾਂ ਨੇ ਦੱਸਿਆ ਕਿ ਰਜਿਸਟਰਡ ਉਮੀਦਵਾਰਾਂ ਨੂੰ ਭਰਤੀ ਰੈਲੀ ਲਈ ਮਿਤੀ, ਸਮਾਂ, ਐਡਮਿਟ ਕਾਰਡ ਅਤੇ ਹੋਰ ਭਰਤੀ ਸੰਬੰਧੀ ਜਾਣਕਾਰੀ ਉਹਨਾਂ ਦੀ ਈਮੇਲ ID ਦੁਆਰਾ ਹੀ ਮੁਹੱਈਆ ਕਰਵਾਈ ਜਾਵੇਗੀ। ਸੋ ਈਮੇਲ ID ਰਾਹੀਂ ਹੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਏਗੀ, ਐਡਮਿਟ ਕਾਰਡ ਦਿੱਤੇ ਜਾਣਗੇ, ਔਰ ਉਸ ਦੇ ਨਾਲ ਹੀ ਤੁਸੀਂ ਹੁਣ ਜਿਹੜਾ ਫੌਜ ਦੀ ਭਰਤੀ ਦੇ ਵਿੱਚ ਹਿੱਸਾ ਲੈ ਸਕੋਗੇ। ਸੋ ਪਹਿਲਾਂ ਜਿਹੜੇ ਟੋਕਨ ਮਿਲਦੇ ਸੀ ਉਸ ਦੀ ਜਗ੍ਹਾ 'ਤੇ ਹੁਣ ਆਪਾਂ ਨੂੰ ਐਡਮਿਟ ਕਾਰਡ ਮਿਲਿਆ ਕਰਨਗੇ ਉਸੇ ਤਰ੍ਹਾਂ ਹੀ, ਬਟ ਹੁਣ ਆਨਲਾਈਨ ਰਜਿਸਟ੍ਰੇਸ਼ਨ ਦੇ ਰਾਹੀਂ ਸਾਨੂੰ ਜਿਹੜੇ ਐਡਮਿਟ ਕਾਰਡ ਨੇ ਔਰ ਸਮਾਂ ਕਿੱਥੇ ਭਰਤੀ ਹੋਣੀ ਹੈ, ਕਿਸ ਮਿਤੀ ਨੂੰ ਹੋਣੀ, ਸਾਰਾ ਕੁਛ ਮਿਲਿਆ ਕਰੇਗਾ। ਸੋ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਸਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਔਰ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।